130 ਚੌਲਾ ਦੀਆਂ ਬੋਰੀਆਂ ਨਾਲ ਗਰੋਹ ਦੇ 3 ਮੈਂਬਰ ਕਾਬੂ। ਬਰਨਾਲਾ ਪੁਲਿਸ ਵੱਲੋਂ ਪਿਛਲੇ ਦਿਨੀ ਵੇਅਰ ਹਾਊਸ ਦੇ ਗੋਦਾਮ ਵਿੱਚੋਂ ਹੋਈ ਲੱਖਾਂ ਦੀ ਚੋਰੀ ਕਰਨ ਵਾਲੇ ਚੋਰ ਗਰੋਹ ਨੂੰ ਪੁਲਿਸ ਨੇ ਇੱਕ ਹਫ਼ਤੇ ਅੰਦਰ ਫੜਨ ਦਾ ਦਾਅਵਾ ਕੀਤਾ ਹੈ। ਬਰਨਾਲਾ ਪੁਲਿਸ ਨੇ ਉਕਤ ਚੋਰ ਗਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ 130 ਚੌਲਾ ਦੀਆਂ ਬੋਰੀਆਂ, 2 ਕੈਂਟਰ ਅਤੇ 1 CPU ਸਮੇਤ ਕਾਬੂ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ SSP ਬਰਨਾਲਾ ਹਰਜੀਤ ਸਿੰਘ ਅਤੇ ਮੁਲਜ਼ਮ ਨੇ ਕਿਹਾ, ਇਹ ਚੋਰਾਂ ਦਾ ਇੱਕ ਗਿਰੋਹ ਹੈ ਜਿਹਦਾ ਕਿ ਮੁੱਖ ਸਰਗਨਾ ਬਲਜੀਤ ਸਿੰਘ ਨਾਮ ਦਾ ਵਿਅਕਤੀ ਹੈ ਜੋ ਜਗਰਾਓਂ ਦਾ ਰਹਿਣ ਵਾਲਾ ਹੈ। ਔਰ ਇਹਨਾਂ ਨੇ 450 ਦੇ ਕਰੀਬ ਚਾਵਲ ਦੇ ਬੈਗ ਇੱਥੋਂ ਬਰਨਾਲਾ ਦੇ ਵੇਅਰ ਹਾਊਸ 'ਚੋਂ ਚੋਰੀ ਕੀਤੇ ਸਨ ਜੋ ਕਿ ਗੌਰਮੈਂਟ ਦੇ ਖਾਤੇ ਦੇ ਵਿੱਚ ਸਨ। ਔਰ ਇਹਨਾਂ ਬੈਗਸ ਦੇ ਵਿੱਚੋਂ ਦੀ ਇਹਨਾਂ ਨੇ ਕੁਛ ਬੈਗ ਜਿਹੜੇ ਹੈਗੇ ਆਪਣੇ ਕੋਲ ਰੱਖੇ ਹੋਏ ਸਨ, ਇੱਕ ਦੁਕਾਨ ਜੋ ਕਿ ਗਗਨ ਸ਼ਰਮਾ ਦੀ ਸੀ ਉਹਦੇ ਵਿੱਚ ਰੱਖੇ ਹੋਏ ਸਨ। ਜੋ ਗਗਨ ਸ਼ਰਮਾ ਨਾਮ ਦਾ ਵਪਾਰੀ ਉਹਨੇ ਇਹਨਾਂ ਦੀ ਮਦਦ ਕੀਤੀ, 2 ਕੈਂਟਰ ਇਹਨਾਂ ਨੂੰ ਦਿਲਵਾਏ ਜਿਹਦੇ ਰਾਹੀਂ ਕਿ ਇਹਨਾਂ ਨੇ 450 ਗੱਟੇ ਚਾਵਲ ਦੇ ਚੋਰੀ ਕਰਕੇ ਅਤੇ ਅੱਗੇ ਹੋਰ ਵਿਅਕਤੀਆਂ ਨੂੰ ਵੀ ਦਿੱਤੇ। ਇਸ ਗੈਂਗ ਦੇ ਵਿੱਚ ਕੁੱਲ 8 ਦੇ ਕਰੀਬ ਮੈਂਬਰ ਹਨ ਔਰ ਗਗਨ ਕਪੂਰ ਨਾਮ ਦਾ ਇੱਕ ਵਪਾਰੀ ਵੀ ਸ਼ਾਮਲ ਹੈ ਜੋ ਕਿ ਇਹਨਾਂ ਦੀ ਮਦਦ ਕਰਦਾ ਰਿਹਾ। ਇਹਦੇ ਵਿੱਚ ਫਿਲਹਾਲ 3 ਵਿਅਕਤੀਆਂ ਦੀ ਅਰੈਸਟ ਹੋਈ ਹੈ ਔਰ ਜਿਹਦੇ ਵਿੱਚ ਗਗਨ ਕਪੂਰ ਨਾਮ ਦਾ ਵਪਾਰੀ ਵੀ ਸ਼ਾਮਲ ਹੈ ਅਤੇ ਜਿਹੜਾ ਇਸ ਗੈਂਗ ਦਾ ਮੁੱਖ ਸਰਗਨਾ ਹੈ ਬਲਜੀਤ ਸਿੰਘ ਜੋ ਕਿ ਜਗਰਾਓਂ ਦਾ ਰਹਿਣ ਵਾਲਾ ਹੈ ਉਸ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਇਹਨਾਂ ਨੇ ਪਿਛਲੇ 3-4 ਸਾਲ ਦੇ ਵਿੱਚ ਜਗਰਾਓਂ, ਫਗਵਾੜਾ, ਲੁਧਿਆਣਾ, ਬਠਿੰਡਾ ਅਤੇ ਬਰਨਾਲਾ ਦੇ ਵਿੱਚ ਇਹ ਚੋਰੀਆਂ ਨੂੰ ਅੰਜਾਮ ਦਿੱਤਾ ਹੈ। ਕੁੱਲ 6-7 ਦੇ ਕਰੀਬ ਇਹਨਾਂ ਦੇ ਖਿਲਾਫ਼ FIRਾਂ ਦਰਜ ਹੋਈਆਂ ਸਨ। ਜਿਹੜਾ ਇਹਨਾਂ ਦਾ ਮੁੱਖ ਸਰਗਨਾ ਬਲਜੀਤ ਹੈ ਉਹ ਕਰੀਬਨ 3-4 ਮਹੀਨੇ ਪਹਿਲਾਂ ਹੀ ਜੇਲ੍ਹ 'ਚੋਂ ਵਾਪਸ ਆਇਆ ਸੀ ਪਰ ਚੰਗੀ ਜ਼ਿੰਦਗੀ ਜਿਉਣ ਦੀ ਬਜਾਏ ਉਸਨੇ ਦੁਬਾਰਾ ਫਿਰ ਇਹ ਕ੍ਰਾਈਮ ਵਾਲਾ ਰਸਤਾ ਅਪਣਾਇਆ ਔਰ ਇਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਹੈ ਅਤੇ ਬਾਕੀ ਹੋਰ ਵੀ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਪਿਛਲੇ 3-4 ਮਹੀਨੇ 'ਚ ਕੀਤੀਆਂ ਉਹਦੇ ਬਾਰੇ 'ਚ ਵੀ ਤਫਤੀਸ਼ ਦੌਰਾਨ ਪਤਾ ਕੀਤਾ ਜਾਵੇਗਾ। ਇਹਨਾਂ 'ਤੇ ਫਿਲਹਾਲ ਤਾਂ ਚੋਰੀ ਦਾ ਮੁਕੱਦਮਾ ਦਰਜ ਹੋਇਆ ਸੀ 2 ਤਰੀਕ ਨੂੰ City 2 ਥਾਣੇ ਦੇ ਵਿੱਚ ਅਤੇ ਉਹਦੇ ਵਿੱਚ 130 ਬੈਗ ਅਸੀਂ ਬਰਾਮਦ ਕਰ ਲਏ ਹੈ ਚਾਵਲਾਂ ਦੇ। ਜਿਹੜੇ ਕੈਂਟਰ ਇਹਨਾਂ ਨੇ ਇਸਤੇਮਾਲ ਕੀਤੇ ਸਨ ਉਸ ਚੋਰੀ ਨੂੰ ਅੰਜਾਮ ਦੇਣ ਵਾਸਤੇ ਉਹ ਵੀ ਬਰਾਮਦ ਕੀਤੇ ਹਨ। CCTV ਕੈਮਰਾ ਅਤੇ DVR ਜਿਹੜਾ ਇਹ ਚੱਕ ਕੇ ਲੈ ਗਏ ਸਨ ਉਹਦੇ CPU ਅਤੇ DVR ਅਸੀਂ ਬਰਾਮਦ ਕਰ ਲਿਆ ਅਤੇ ਹੋਰ ਬਰਾਮਦਗੀ ਦੀ ਵੀ ਸਾਨੂੰ ਉਮੀਦ ਹੈ। ਚੋਰੀ ਗੱਡੀ ਦੇ ਰਾਤ ਨੂੰ ਕੀਤੀ ਆ ਜੀ। ਬਸ ਆਈਡੀ ਆ ਕੇ ਮੈਂ ਮਜਬੂਰੀ ਦਾ ਕਰਕੇ ਕਰ ਰਿਹਾ ਜੀ। ਕਿਸ ਕਿਸ ਚੀਜ਼ ਦੀ ਚੋਰੀ ਕੀਤੀ? ਚੌਲਾਂ ਦੀ ਕੀਤੀ ਆ ਜੀ। ਗੱਲ ਪਹਿਲਾਂ ਕੋਈ ਮੁਕੱਦਮਾ ਦਰਜ ਹੈ ਤੁਹਾਡੇ 'ਤੇ? ਨਹੀਂ ਜੀ।